ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਚੀਜ਼ ਸ਼ੇਅਰ ਕਰਨ ਲੱਗੀ ਹਾਂ ਜੋ ਕਿ ਮੈਨੂੰ ਇੰਗਲੈਂਡ ਦੇ ਵਿੱਚ ਪਤਾ ਲੱਗੀ ਹੈ, ਐਂਡ ਉਹ ਵੀਡੀਓ ਵਟਸਐਪ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਐਂਡ ਜਿਹੜੇ ਵੈਬਸਾਈਟਾਂ ਦੇ ਵਿੱਚ ਉਹ ਫੋਟੋ ਇੱਕ ਪੋਸਟਰ ਬਣਾ ਕੇ ਪਾਈ ਗਈ ਸੀ, ਉਹ ਵੈਬਸਾਈਟਾਂ ਤੋਂ ਤਾਂ ਲੀਗਲੀ ਕਢਵਾ ਦਿੱਤੀਆਂ ਗਈਆਂ ਨੇ ਉਹ ਫੋਟੋਜ਼, ਪਰ ਮੈਨੂੰ ਇਹ ਸੋਚ ਕੇ ਬਹੁਤ ਖਰਾਬ ਲੱਗਿਆ ਕਿ ਲੋਕ ਆਪਣੀ ਹੀ ਮਰਜ਼ੀ ਨਾਲ ਸਿੱਖੀ ਦੇ ਨਵੇਂ ਕਾਨੂੰਨ ਬਣਾ ਰਹੇ ਨੇ ਅਕਾਲ ਤਖਤ ਦੀ ਮਰਿਆਦਾ ਦੇ ਬਿਨਾਂ, ਐਂਡ ਸਿੱਖੀ ਸਿਧਾਂਤਾਂ ਤੋਂ ਬਿਨਾਂ ਹੀ ਇੱਦਾਂ ਦੇ ਬਹੁਤ ਸਾਰੀ ਵੈਬਸਾਈਟਸ ਨੇ ਜੋ ਕਿ ਕੰਮ ਕਰ ਰਹੇ ਨੇ, ਐਂਡ ਉਹਨਾਂ ਦਾ ਪਤਾ ਨਹੀਂ ਕੀ ਮਕਸਦ ਹੈ। ਪਰ ਮੈਂ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਇਹ ਵਾਲਾ ਜਿਹੜਾ ਫੋਟੋ ਹੈ ਇਹ ਸ਼ੇਅਰ ਕੀਤਾ ਜਾ ਰਿਹਾ ਹੈ ਐਂਡ ਬਹੁਤ ਹੀ ਵਾਇਰਲ ਹੋ ਰਿਹਾ ਹੈ ਫੋਰਨ ਕੰਟਰੀਜ਼ ਦੇ ਵਿੱਚ। ਐਂਡ ਜਿਹੜਾ ਹੈ ਇਹਦੇ 'ਚ ਇਹ ਦਰਸਾਇਆ ਗਿਆ ਹੈ ਚਾਰ ਬੀਬੀਆਂ ਦੀ ਫੋਟੋ ਚੋਰੀ ਕੀਤੀ ਗਈ ਹੈ, ਐਂਡ ਉਹਦੇ ਵਿੱਚ ਇਹ ਚੀਜ਼ ਦਿਖਾਈ ਜਾ ਰਹੀ ਹੈ ਕਿ ਬੀਬੀਆਂ ਦੀ ਗੁਰੂ ਘਰ ਆਉਣ ਦੀ ਮਰਿਆਦਾ, ਤਾਂ ਅਗਰ ਕਿਸੇ ਬੀਬੀ ਨੇ ਗੁਰਦੁਆਰੇ ਆਉਣਾ ਹੈ ਤਾਂ ਉਹ ਅੰਮ੍ਰਿਤਧਾਰੀ ਹੋਣੀ ਚਾਹੀਦੀ ਹੈ, ਸਿੱਖ ਟਰਬਨ, ਅੰਮ੍ਰਿਤਧਾਰੀ ਹੋਣ ਦੇ ਨਾਲ ਸਿਰ 'ਤੇ ਟਰਬਨ ਪਲੱਸ ਚੁੰਨੀ ਹੋਣੀ ਜ਼ਰੂਰੀ ਹੈ, ਤਾਂ ਥੱਲੇ ਕ੍ਰੋਸ ਹੈ ਕਿ ਇੱਦਾਂ ਆਉਣਾ ਗੁਰਦੁਆਰੇ ਦੇ ਵਿੱਚ ਅਲਾਊਡ ਨਹੀਂ ਹੈ। ਤਾਂ ਮੈਂ ਇਸ ਬਾਰੇ ਵੀਡੀਓ ਬਣਾਉਣਾ ਚਾਹੁੰਦੀ ਹਾਂ ਇਸ ਕਰਕੇ ਕਿ ਇਹਦੇ ਵਿੱਚ ਇੱਕ ਫੋਟੋ ਮੇਰੀ ਵੀ ਯੂਜ਼ ਕੀਤੀ ਗਈ ਹੈ, ਜਿਸ ਚੀਜ਼ ਦਾ ਮੈਂ ਓਬਜੈਕਸ਼ਨ ਕਰਦੀ ਹਾਂ ਕਿ ਗੁਰੂ ਘਰ ਨੂੰ ਮੰਨਣ ਵਾਸਤੇ ਕਿ ਕੱਪੜੇ ਪਾ ਕੇ ਆਉਣੇ ਨੇ ਐਂਡ ਕੀ ਕੱਪੜੇ ਨਹੀਂ ਪਾ ਕੇ ਆਉਣੇ, ਐਂਡ ਕਿੰਨੇ ਆਉਣਾ ਐਂਡ ਕਿੰਨੇ ਨਹੀਂ ਆਉਣਾ, ਐਂਡ ਅਗਰ ਕੋਈ ਵੈਬਸਾਈਟ ਜਾਂ ਕੋਈ ਥੋੜ੍ਹੇ ਜਿਹੇ ਲੋਕ ਇਹ ਡਿਸਾਈਡ ਕਰਦੇ ਨੇ ਐਂਡ ਨਾਮ ਆਪਣਾ ਲੈਂਦੇ ਨੇ ਭਿੰਡਰਾਂ ਵਾਲਿਆਂ ਦਾ ਕਿ ਅਸੀਂ ਉਹਨਾਂ ਨੂੰ ਮੰਨਦੇ ਹਾਂ, ਅਤੇ ਖਾਲਿਸਤਾਨ ਦੇ ਵਿੱਚ ਜਿਹੜੇ ਉਹਨਾਂ ਦੀ ਵੈਬਸਾਈਟ ਸੀ ਉਹ ਤਾਂ ਹੁਣ ਇਹ ਫੋਟੋ ਹੁਣ ਤੁਹਾਨੂੰ ਮਿਲੇਗੀ ਨਹੀਂ, ਡਿਲੀਟ ਹੋ ਚੁੱਕੀ ਹੈ। ਪਰ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਅਫਸੋਸ ਹੋਇਆ ਮੈਨੂੰ ਕਿ ਲੋਕ ਇੱਥੇ ਤੱਕ ਪਹੁੰਚ ਗਏ ਨੇ, ਕੋਈ ਸੰਸਥਾਵਾਂ ਇੱਦਾਂ ਦੀਆਂ ਵੀ ਨੇ, ਐਂਡ ਸੰਸਥਾਵਾਂ ਨਹੀਂ ਜਾਂ ਕਿਸੇ ਦਾ ਪਰਸਨਲ ਮਾਇੰਡ ਹੈ ਕਿ ਉਹ ਆਪਣੀ ਪਰਸਨਲ ਪਬਲਿਸਿਟੀ ਲਈ ਔਰਤਾਂ ਦੇ ਫੋਟੋਜ਼ ਯੂਟਿਊਬ ਤੋਂ ਗੂਗਲ ਤੋਂ ਚੋਰੀ ਕਰਕੇ ਇੱਕ ਪੋਸਟਰ ਬਣਾ ਕੇ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ, ਐਂਡ ਕੈਨੇਡਾ, ਇੰਗਲੈਂਡ ਐਂਡ ਅਮਰੀਕਾ ਦੇ ਵਿੱਚ, ਐਂਡ ਹੋ ਸਕਦਾ ਹੈ ਕਿ ਇੰਡੀਆ ਦੇ ਵਿੱਚ ਵੀ ਉਹ ਸਰਕੂਲੇਟ ਹੋਇਆ ਹੋਏ, ਜਿਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਬੀਬੀਆਂ ਨੇ ਗੁਰਦੁਆਰੇ ਆਉਣਾ ਹੈ ਤਾਂ ਇੱਦਾਂ ਆਉਣਾ ਹੈ। ਤਾਂ ਮੈਂ ਉਹਨਾਂ ਸਾਰਿਆਂ ਕੋਲੋਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਇਹ ਰਾਈਟ ਕਿੰਨੇ ਦਿੱਤਾ ਕਿ ਤੁਸੀਂ ਲੋਕਾਂ ਨੂੰ ਰੋਕੋ ਕਿ ਗੁਰਦੁਆਰੇ ਤੁਸੀਂ ਨਹੀਂ ਆ ਸਕਦੇ। ਸਾਡੇ ਧਰਮ ਦੇ ਵਿੱਚ ਇਹ ਚੀਜ਼ ਸਿਖਾਈ ਗਈ ਹੈ ਕਿ ਹਰ ਇੱਕ ਆਦਮੀ ਵਿਦਆਊਟ ਜੈਂਡਰ ਡਿਸਕ੍ਰਿਮੀਨੇਸ਼ਨ, ਵਿਦਆਊਟ ਕਾਸਟ ਡਿਸਕ੍ਰਿਮੀਨੇਸ਼ਨ, ਕੋਈ ਵੀ ਇਨਸਾਨ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਗੁਰਦੁਆਰੇ ਦੇ ਵਿੱਚ ਆ ਸਕਦਾ ਹੈ। ਐਂਡ ਸਾਡੇ ਧਰਮ ਦੇ ਵਿੱਚ ਔਰਤ ਨੂੰ ਬਹੁਤ ਹੀ ਜ਼ਿਆਦਾ ਰਿਸਪੈਕਟ ਦਿੱਤੀ ਗਈ ਹੈ, ਇੱਜ਼ਤ ਦਿੱਤੀ ਗਈ ਹੈ, ਐਂਡ ਸਪੈਸ਼ਲ ਜਿਨ੍ਹਾਂ ਦਾ ਨਾਮ ਭਿੰਡਰਾਂ ਵਾਲਿਆਂ ਦਾ ਯੂਜ਼ ਕੀਤਾ ਸੀਗਾ ਉਸ ਸਾਈਡ ਦੇ ਵਿੱਚ, ਉਹਨਾਂ ਨੇ ਸਪੈਸ਼ਲ ਧੀਆਂ ਭੈਣਾਂ ਦੀ ਇੱਜ਼ਤ ਰੱਖਣ ਲਈ ਐਂਡ ਉਹਦੀ ਰਕਸ਼ਾ ਕਰਨ ਲਈ ਹਥਿਆਰ ਵੀ ਚੱਕਣਾ ਪਏ, ਇੱਥੇ ਤੱਕ ਕਿ ਉਹਨਾਂ ਨੇ ਕਿਹਾ ਸੀ ਕਿ ਸੌਦਾ ਵੀ ਲਾਉਣਾ ਪਏ ਤਾਂ ਲਾਉਣ ਤੋਂ ਨਹੀਂ ਡਰਨਾ, ਕਿਸੇ ਧੀ ਭੈਣ ਦੀ ਇੱਜ਼ਤ ਖਰਾਬ ਨਹੀਂ ਕਰਨੀ। ਤਾਂ ਮੈਂ ਉਹ ਸਾਰਿਆਂ ਨੂੰ ਇਹ ਪੁੱਛਦੀ ਹਾਂ ਜਿਨ੍ਹਾਂ ਨੇ ਵੀ ਆਪਣੀ ਸਾਈਟ ਦੇ ਵਿੱਚ, ਆਪਣੇ ਹੈਸ਼ਟੈਗ ਦੇ ਵਿੱਚ, ਇੰਸਟਾਗ੍ਰਾਮ ਐਂਡ ਅਦਰ ਜਿਹੜੇ ਵੈਬਸਾਈਟਸ ਦੇ ਵਿੱਚ ਇਹ ਫੋਟੋ ਲਗਾਈ ਸੀ, ਵੈਬਸਾਈਟ 'ਚੋਂ ਤਾਂ ਇਹ ਫੋਟੋ ਨਿਕਲ ਗਈ ਪਰ ਵਟਸਐਪ 'ਤੇ ਜੋ ਇਹ ਫੋਟੋਆਂ ਚੱਲ ਰਹੀਆਂ ਨੇ, ਤਾਂ ਇਹਨਾਂ ਨੂੰ ਕੌਣ ਰੋਕੇਗਾ? ਤਾਂ ਇਹ ਆਪਣੀ ਮਨਮਰਜ਼ੀ ਨਾਲ ਸਿੱਖੀ ਦੇ ਨਵੇਂ ਸਿਧਾਂਤ ਨਾ ਬਣਾਏ ਜਾਣ, ਜਿਨ੍ਹਾਂ ਦਾ ਜਿੱਦਾਂ ਮਨ ਕਰਦਾ ਹੈ, ਜਿਨ੍ਹਾਂ ਨੇ ਉਹ ਅਲੱਗ ਗੁਰਦੁਆਰੇ ਬਣਾ ਲੈਣ, ਜਿਨ੍ਹਾਂ ਨੇ ਇਹ ਕਹਿਣਾ ਹੈ ਕਿ ਉਹ ਜਨਾਨੀਆਂ ਗੁਰਦੁਆਰੇ ਨਹੀਂ ਆ ਸਕਦੀਆਂ, ਐਂਡ ਬੀਬੀਆਂ ਲਈ ਇੱਕ ਅਲੱਗ ਕਾਨੂੰਨ ਹੈ, ਬੀਬੀਆਂ ਨੇ ਅਗਰ ਗੁਰਦੁਆਰੇ ਆਉਣਾ ਹੈ ਤਾਂ ਅੰਮ੍ਰਿਤ ਛੱਕ ਕੇ ਸਿਰ 'ਤੇ ਪੱਗ ਬੰਨ੍ਹ ਕੇ ਪਲੱਸ ਚੁੰਨੀ ਲੈ ਕੇ ਆਉਣਾ ਹੈ, ਅਦਰਵਾਈਜ਼ ਕਿਸੇ ਨੇ ਗੁਰਦੁਆਰੇ ਨਹੀਂ ਆਉਣਾ। ਤਾਂ ਇਹ ਮੈਨੂੰ ਦੱਸੋ ਕਿ ਇਹ ਕਿਹੜਾ ਸਿੱਖੀ ਸਿਧਾਂਤ ਹੈ ਐਂਡ ਕਿਹੜੀ ਜਗ੍ਹਾ 'ਤੇ ਇਹ ਮੰਨਿਆ ਜਾਏਗਾ?
ਤਾਂ ਇਹ ਸਿੱਖੀ ਦੀ ਵੀ ਇੱਕ ਲਈ ਇੱਕ ਅਪਮਾਨ ਹੈ, ਸਿੱਖੀ ਸਿਧਾਂਤਾਂ ਦੇ ਖਿਲਾਫ ਹੈ, ਪਲੱਸ ਇਹ ਉਹ ਲੋਕਾਂ ਦੇ ਵੀ ਖਿਲਾਫ ਹੈ ਜਿਨ੍ਹਾਂ ਨੇ ਇਹ ਫੋਟੋਆਂ ਇਹਦੇ 'ਚ ਜਿਨ੍ਹਾਂ ਦੀਆਂ ਬਿਨਾਂ ਨੌਲੇਜ ਤੋਂ ਯੂਜ਼ ਕੀਤੀਆਂ ਗਈਆਂ ਨੇ। ਮੈਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਇਹ ਦੇਖ ਕੇ, ਐਂਡ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਇੱਕ ਅਪੀਲ ਕਰਨਾ ਚਾਹੁੰਦੀ ਹਾਂ ਕਿ ਜਿੱਥੇ ਵੀ ਇਹ ਵਟਸਐਪ ਦੇ ਵਿੱਚ ਇਹ ਵਾਇਰਲ ਹੋਈ ਹੋਈ ਹੈ, ਕਿਉਂਕਿ ਹਰ ਇਨਸਾਨ ਦੀ ਆਪਣੀ ਇੱਕ ਇੱਜ਼ਤ ਹੁੰਦੀ ਹੈ, ਇੱਕ ਰੈਪੂਟੇਸ਼ਨ ਹੁੰਦੀ ਹੈ, ਮੇਰੀ ਜਿਹੜੀ ਫੋਟੋ ਚੋਰੀ ਕੀਤੀ ਗਈ ਹੈ, ਮੈਂ ਇੱਦਾਂ ਗੁਰਦੁਆਰੇ ਨਹੀਂ ਜਾਂਦੀ ਟੋਪੀ ਪਾ ਕੇ, ਇਹ ਫੋਟੋ ਜਨਰਲ ਲਈ ਗਈ ਹੈ ਗੂਗਲ ਦੇ ਵਿੱਚ ਚੋਰੀ ਕਰਕੇ, ਤਾਂ ਮੇਰੀ ਪਰਸਨਲ ਇਨਸਲਟ ਹੈ ਐਂਡ ਡੀਫੇਮਿੰਗ ਕੀਤਾ ਜਾ ਰਿਹਾ ਹੈ, ਪਲੱਸ ਸਿੱਖੀ ਦੀ ਡੀਫੇਮਿੰਗ ਹੈ ਕਿ ਇਹ ਜਿਹੜੀ ਇੱਦਾਂ ਦੀਆਂ ਹਰਕਤਾਂ ਹੋ ਰਹੀਆਂ ਨੇ। ਅਗਰ ਤੁਸੀਂ ਕੋਈ ਪੋਸਟਰ ਬਣਾਉਣਾ ਹੈ ਜਾਂ ਕੋਈ ਵੀ ਸਿਧਾਂਤ ਬਣਾਉਣਾ ਹੈ ਤਾਂ ਤੁਸੀਂ ਡਮੀ ਯੂਜ਼ ਕਰ ਸਕਦੇ ਹੋ। ਬਹੁਤ ਸਾਰੇ ਵੈਬਸਾਈਟਸ ਨੇ, ਬਹੁਤ ਸਾਰੇ ਵੀਡੀਓਜ਼ ਦੇਖੇ ਨੇ ਜਿਹਦੇ 'ਚ ਡਮੀਜ਼ ਯੂਜ਼ ਕੀਤੇ ਜਾਂਦੇ ਨੇ ਜਾਂ ਫਿਰ ਸਪੈਸ਼ਲ ਮਾਡਲ ਯੂਜ਼ ਕੀਤੇ ਜਾਂਦੇ ਨੇ। ਕਿਸੇ ਵੀ ਧੀ ਭੈਣ ਦੀ ਜਾਂ ਕਿਸੇ ਵੀ ਜਿੰਦੇ ਇਨਸਾਨ ਦੀ ਫੋਟੋ ਉਹਨਾਂ ਤੋਂ ਬਿਨਾਂ ਪੁੱਛੇ ਯੂਜ਼ ਨਹੀਂ ਕੀਤੀ ਜਾਣੀ ਚਾਹੀਦੀ। ਹੁਣ ਮੈਨੂੰ ਇਹ ਗੱਲ ਦੱਸੋ ਕਿ ਇਹ ਫੋਟੋ ਸਰਕੂਲੇਟ ਹੋ ਚੁੱਕੀ ਹੈ ਮੇਰੀ ਫੈਮਿਲੀ ਨੂੰ ਐਂਡ ਮੈਨੂੰ ਇਸ ਚੀਜ਼ ਦੀ ਨੌਲੇਜ ਹੋ ਚੁੱਕੀ ਹੈ, ਤਾਂ ਇਹ ਕਿੰਨੀ ਵੱਡੀ ਇਨਸਲਟ ਹੈ ਕਿ ਸਾਡੀ ਫੋਟੋ ਜਦੋਂ ਲੋਕ ਸਾਨੂੰ ਦੱਸਦੇ ਨੇ ਕਿ ਇੱਦਾਂ ਵਟਸਐਪ 'ਤੇ ਚੱਲ ਰਹੀ ਹੈ ਤਾਂ ਉਹਦਾ ਕੀ ਮਕਸਦ ਹੈ। ਤਾਂ ਇਹ ਸਾਰਿਆਂ ਨੂੰ ਹੀ ਮੈਂ ਕਹਿੰਦੀ ਹਾਂ ਕਿ ਵਟਸਐਪ 'ਤੇ ਜੋ ਵੀਡੀਓ ਵਾਇਰਲ ਹੋ ਚੁੱਕੀ ਹੈ, ਜਿਹਦੇ ਨਾਂ ਤੋਂ ਵੀ ਵੀਡੀਓ ਫਾਰਵਰਡ ਹੋਈ, ਉਹਦਾ ਨਾਮ ਉੱਪਰ ਆਏਗਾ ਐਂਡ ਉਸ ਆਦਮੀ ਨੂੰ ਜੁਰਮਾਨਾ ਦਿੱਤਾ ਜਾਏਗਾ। ਮੈਂ ਲੋਫੁਲੀ ਉਹਦੇ 'ਤੇ ਐਕਸ਼ਨ ਲਾਂਗੀ, ਬਹੁਤ ਹੀ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਜੋ ਵੀ ਇਹ ਵੀਡੀਓ ਅੱਗੇ ਫਾਰਵਰਡ ਕਰੇਗਾ, ਕਿਉਂਕਿ ਇਹਦੇ 'ਤੇ ਮੇਰੀ ਫੋਟੋ ਹੈ ਐਂਡ ਮੈਂ ਨਹੀਂ ਚਾਹੁੰਦੀ ਕਿ ਮੇਰੀ ਫੋਟੋ ਇੱਦਾਂ ਕਿਸੇ ਵੀ ਪਾਸੇ ਸਰਕੂਲੇਟ ਹੋਵੇ। ਤਾਂ ਮੈਂ ਇਸ ਚੀਜ਼ ਦੀ ਓਬਜੈਕਸ਼ਨ ਕਰਨੀ ਹੈ ਐਂਡ ਸਿੱਖੀ ਸਿਧਾਂਤ ਜੋ ਕਿ ਹਰ ਧਰਮ ਨੂੰ, ਹਰ ਮਜ਼ਹਬ ਨੂੰ, ਹਰ ਇਨਸਾਨ ਨੂੰ ਗੁਰਦੁਆਰੇ ਆਉਣ ਲਈ ਆਮੰਤ੍ਰਿਤ ਕਰਦਾ ਹੈ, ਐਂਡ ਕੁਛ ਲੋਕ ਜੋ ਨਹੀਂ ਚਾਹੁੰਦੇ ਕਿ ਗੁਰਦੁਆਰੇ ਆਉਣ, ਕੋਈ ਵੀ ਨਾ ਆਏ, ਆਉਣਾ ਹੈ ਤਾਂ ਇਸ ਤਰ੍ਹਾਂ ਆਉਣ, ਤਾਂ ਇਹ ਉਹ ਲੋਕਾਂ ਦੀ ਮਰਜ਼ੀ ਹੈ। ਪਰ ਮੈਂ ਇਹ ਵੀਡੀਓ ਰੁਕਵਾਉਣਾ ਚਾਹੁੰਦੀ ਹਾਂ ਕਿ ਇਹ ਪੋਸਟਰ ਰੋਕੇ ਜਾਣ, ਇਹਨਾਂ ਨੂੰ ਅੱਗੇ ਹੋਰ ਫੋਰਵਰਡ ਨਾ ਕੀਤਾ ਜਾਏ। ਐਂਡ ਦੂਸਰੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਧਰਮ ਦੇ ਵਿੱਚ ਕੀ ਅਲਾਊਡ ਹੈ ਕੀ ਨਹੀਂ ਅਲਾਊਡ, ਹਰ ਇੱਕ ਇਨਸਾਨ ਉਹਨੂੰ ਆਪਣੀ ਮਰਜ਼ੀ ਨਾਲ ਵੈਬਸਾਈਟਾਂ ਬਣਾ ਕੇ ਆਪਣੇ ਧਰਮ ਦੇ ਨਵੇਂ ਕਾਨੂੰਨ ਨਹੀਂ ਬਣਾ ਸਕਦਾ। ਤਾਂ ਇੱਕ ਰਿਕੁਐਸਟ ਹੈ ਕਿ ਇਹ ਜਿਹੜੀ ਹੈ ਜਲਦੀ ਤੋਂ ਜਲਦੀ ਰੋਕੀ ਜਾਏ, ਕਿਉਂਕਿ ਅੱਗੂ ਹੁਣ ਫੋਰਵਰਡ ਹੋਈ ਜਿਸ ਨਾਮ ਤੋਂ ਇਹ ਵੀਡੀਓ ਮੈਨੂੰ ਇਹ ਪੋਸਟਰ ਮੈਨੂੰ ਪਤਾ ਚੱਲ ਗਿਆ, ਤਾਂ ਮੈਂ ਉਹਦੇ 'ਤੇ ਐਕਸ਼ਨ ਲਾਂਗੀ, ਚਾਹੇ ਉਹ ਕੋਈ ਵੀ ਕੰਟਰੀ ਹੋਏ, ਤਾਂ ਉਹਦੇ 'ਤੇ ਬਹੁਤ ਹੀ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਡੀਫੇਮਿੰਗ ਦਾ ਐਂਡ ਪਰਸਨਲ ਫਿਗਰ ਦਾ ਜੋ ਮਿਸਯੂਜ਼ ਕੀਤਾ ਜਾ ਰਿਹਾ ਉਹਦੇ ਲਈ। ਕਿਉਂਕਿ ਗੁਰੂ ਘਰ ਨੂੰ ਅਗਰ ਮੰਨਣਾ ਹੈ ਤਾਂ ਹਰ ਇਨਸਾਨ ਦੀ ਇੱਕ ਆਪਣੀ ਸ਼ਰਧਾ ਹੁੰਦੀ ਹੈ, ਕਿਸੇ ਦੀ ਐਵੇਂ ਹੀ ਫੋਟੋ ਚੁੱਕ ਕੇ ਉਹਨੂੰ ਗਲਤ ਇਸਤੇਮਾਲ ਕਰਨਾ ਇਹ ਬਿਲਕੁਲ ਗਲਤ ਹੈ, ਐਂਡ ਇਹ ਕੋਈ ਵੀ ਧਰਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ। ਐਂਡ ਮੈਨੂੰ ਵੀ ਬਹੁਤ ਅਫਸੋਸ ਹੋਇਆ ਇਸ ਚੀਜ਼ ਦਾ, ਤਾਂ ਇਹਨੂੰ ਜਲਦੀ ਤੋਂ ਜਲਦੀ ਰੋਕਣ ਦੀ ਕੋਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।